ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਜੈ ਮਾਤਾ ਦੀ। ਪਿਆਰੇ ਦਰਸ਼ਕੋ, ਲਾਈਵ ਪ੍ਰੋਗਰਾਮ ਹੈਗਾ ਜਿਸ ਦਾ ਨਾਂ ਹੈ ਸਪਿਰਿਚੁਅਲ ਵਿਦਿਆ ਵਿਦ ਦ ਵਨ ਐਂਡ ਓਨਲੀ ਵਰਲਡ ਫੇਮਸ ਐਸਟ੍ਰੋਲਾਜਰ ਚਮੁੰਡਾ ਸਵਾਮੀ ਜੀ। ਚਮੁੰਡਾ ਸਵਾਮੀ ਜੀ ਸਾਡੇ ਸਟੂਡੀਓ ਦੇ ਵਿੱਚ ਆਉਂਦੇ ਨੇ ਔਰ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਇੱਕ ਸਵਾਲ, ਸਵਾਲ ਜਿਸ ਦੇ ਵਿੱਚ ਤੁਸੀਂ ਬਿਲਕੁਲ ਕਲੀਅਰਲੀ ਪੁੱਛੋਗੇ ਤੁਸੀਂ ਕੀ ਚਾਹੁੰਦੇ ਹੋ ਜਾਣਨਾ ਔਰ ਜਿਸ ਦੇ ਬਾਰੇ ਵੀ ਜਾਣਨਾ ਚਾਹੁੰਦੇ, ਭਾਵੇਂ ਤੁਹਾਡੇ ਆਪਣੇ ਬਾਰੇ ਹੈਗਾ, ਭਾਵੇਂ ਤੁਹਾਡੇ ਕਿਸੇ ਆਪਣੇ ਦੇ ਬਾਰੇ ਹੈਗਾ ਕਿ ਉਹ ਉਹਨਾਂ ਦਾ ਜਨਮ, ਉਹਨਾਂ ਦਾ ਨਾਂ, ਉਹਨਾਂ ਦੇ ਜਨਮ ਦਾ ਸਥਾਨ। ਸੋ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਪ੍ਰਸ਼ਨ ਕੁੰਡਲੀ 'ਤੇ ਆਧਾਰਿਤ ਪ੍ਰੋਗਰਾਮ ਜਿਸ ਦੇ ਵਿੱਚ ਸਵਾਮੀ ਜੀ ਜਵਾਬ ਦਿੰਦੇ ਆ ਤੁਹਾਡੇ ਇੱਕ ਸਵਾਲ ਦਾ। ਸੋ ਪਿਆਰੇ ਦਰਸ਼ਕੋ, ਸਵਾਗਤ ਕਰਦੇ ਹਾਂ, ਵੈਲਕਮ ਕਰਦੇ ਹਾਂ ਸਵਾਮੀ ਜੀ ਦਾ। ਸਵਾਮੀ ਜੀ ਸਤਿ ਸ਼੍ਰੀ ਅਕਾਲ, ਜੈ ਮਾਤਾ ਦੀ। ਜੈ ਮਾਤਾ ਦੀ। ਸਤਿ ਸ਼੍ਰੀ ਅਕਾਲ ਦੋਸਤੋ, ਜੈ ਮਾਤਾ ਦੀ। ਗੈਟ ਪੰਜਾਬੀ 'ਤੇ ਸਵਾਗਤ ਹੈ ਤੁਹਾਡਾ। ਐਸਟ੍ਰੋਲੋਜੀ ਦੋਸਤੋ ਗਾਈਡ ਕਰਦੀ ਹੈ, ਡਾਇਰੈਕਸ਼ਨ ਦਿੰਦੀ ਹੈ, ਸਾਡਾ ਮਾਰਗਦਰਸ਼ਨ ਕਰਦੀ ਹੈ, ਸਾਡੇ ਮੁਕੱਦਰ ਦਾ ਫੈਸਲਾ ਨਹੀਂ ਕਰਦੀ। ਸਾਡਾ ਮੁਕੱਦਰ ਉਹ ਪਰਮਾਤਮਾ, ਉਹ ਵਾਹਿਗੁਰੂ, ਮਾਤਾ ਰਾਣੀ ਜਾਣਦੇ ਨੇ। ਜੋਤਿਸ਼ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਔਰ ਕਦੀ ਕਦੀ ਛੋਟੀ ਜਿਹੀ ਗਾਈਡੈਂਸ ਵੀ ਸਾਡੀ ਜ਼ਿੰਦਗੀ ਨੂੰ ਬਦਲ ਦਿੰਦੀ ਹੈ, ਇੱਕ ਵਰਲਡ ਵੀ ਪੂਰੀ ਸਾਡੀ ਜ਼ਿੰਦਗੀ ਤਬਦੀਲ ਕਰ ਦਿੰਦਾ। ਔਰ ਇਹ ਪ੍ਰੋਗਰਾਮ ਵੀ ਤੁਹਾਡੀ ਜ਼ਿੰਦਗੀ 'ਚ ਪੋਜ਼ਿਟਿਵ ਚੇਂਜਿਸ ਆਉਣ, ਤੁਸੀਂ ਸੁਖੀ ਰਹੋ, ਅੱਛੇ ਰਹੋ, ਛੋਟੀ ਜਿਹੀ ਇੱਕ ਕੋਸ਼ਿਸ਼ ਹੈ। ਬਿਲਕੁਲ ਠੀਕ। ਮੈਂ ਆਪਣੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਕਿਸੇ ਵੀ ਧਰਮ ਨੂੰ ਮੁੱਖ ਰੱਖ ਕੇ ਇਹ ਪ੍ਰੋਗਰਾਮ ਨਹੀਂ ਕੀਤਾ ਜਾਂਦਾ ਹੈਗਾ। ਇਸ ਪ੍ਰੋਗਰਾਮ ਦਾ ਮਕਸਦ ਹੈਗਾ ਕਿਸੇ ਵੀ ਧਰਮ ਦੇ ਕੋਈ ਵੀ ਫੋਲੋਅਰ ਹੈਗੇ ਆ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ। ਅਸੀਂ ਕਿਸੇ ਇੱਕ ਧਰਮ ਨੂੰ ਲੈ ਕੇ ਜਾਂ ਉਸਦੇ ਪ੍ਰਚਾਰ ਲਈ ਪ੍ਰੋਗਰਾਮ ਨਹੀਂ ਕਰਦੇ ਹੈਗੇ ਔਰ ਕਦੀ ਵੀ ਤੁਸੀਂ ਚਮੁੰਡਾ ਸਵਾਮੀ ਜੀ ਦੇ ਮੁਖਾਰਵਿੰਦ ਸੁਣਿਆ ਵੀ ਨਹੀਂ ਹੋਣਾ ਕਿ ਉਹਨਾਂ ਨੇ ਕੁਝ ਖਾਸ ਗੱਲਾਂ ਨੂੰ ਫੋਲੋ ਕਰਨ ਵਾਸਤੇ ਕਿਹਾ। ਉਹ ਕਹਿੰਦੇ ਆ ਕਿ ਜਿਸ ਧਰਮ 'ਚ ਤੁਸੀਂ ਹੈਗੇ ਹੋ ਉਸ ਧਰਮ ਨੂੰ ਸੱਚੇ ਮਨ ਦੇ ਨਾਲ ਉਸ ਦੀ ਪਾਲਣਾ ਕਰੋ, ਉਸ ਦੇ ਵਿੱਚ ਰਹੋ, ਉਸ ਨੂੰ ਫੋਲੋ ਕਰੋ ਅਤੇ ਫਿਰ ਤੁਹਾਨੂੰ ਕਿਸੇ ਹੋਰ ਜੋਤਿਸ਼ ਦੀ, ਕਿਸੇ ਹੋਰ ਵਿੱਦਿਆ ਦੀ ਵੀ ਜ਼ਰੂਰਤ ਨਹੀਂ ਹੈ ਜੇਕਰ ਤੁਹਾਡਾ ਆਪਣਾ ਮਨ ਸਾਫ਼ ਹੈ ਔਰ ਤੁਸੀਂ ਉਸ ਧਰਮ ਦੇ ਫੋਲੋਅਰ ਹੋ। ਸੋ ਮੇਰੇ ਖਿਆਲ ਤੋਂ ਆਪਾਂ ਇਹ ਗੱਲ ਬਿਲਕੁਲ ਕਲੀਅਰ ਕਰ ਦਈਏ ਕਿ ਤੁਹਾਡੇ ਸਾਰਿਆਂ ਦੇ ਲਈ ਇੱਕ ਪ੍ਰਸ਼ਨ ਜਿਸ ਦਾ ਸਵਾਲ ਸਵਾਮੀ ਜੀ ਦਿੰਦੇ ਨੇ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਹੈਲੋ ਸ਼ੈਰੀ, ਸਤਿ ਸ਼੍ਰੀ ਅਕਾਲ। ਹਾਂਜੀ ਸਵਾਮੀ ਜੀ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਵਾਮੀ ਜੀ, ਮੇਰੀ ਬੇਟੀ ਹੈ, ਉਹਦਾ ਨਾਮ ਰਮਨਦੀਪ ਕੌਰ ਹੈ, ਉਹਦਾ ਡੇਟ ਆਫ ਬਰਥ 21 ਅਗਸਤ 1994 ਹੈ ਜੀ। ਹਾਂਜੀ, ਉਹਦੀ ਪੜ੍ਹਾਈ ਬਾਰੇ ਪੁੱਛਣਾ ਵੀ ਪੜ੍ਹਾਈ 'ਚ ਰੁਕਾਵਟਾਂ ਆਉਂਦੀਆਂ ਨੇ ਅਤੇ ਜਨਮ ਸਥਾਨ ਸਮਾਣਾ। 21 ਅਗਸਤ 1994 ਸਮਾਣਾ ਦਾ ਜਨਮ ਹੈ ਜੀ। ਉਹ 16 ਸਾਲ ਦੀ ਉਮਰ ਤੱਕ ਭੈਣ ਜੀ ਬਹੁਤ ਅੱਛੀ ਤਰ੍ਹਾਂ ਪੜ੍ਹਦੀ ਰਹੀ ਹੈ, ਪਰ ਜਦੋਂ ਹਾਂ ਜਦੋਂ 16 ਸਾਲ ਕ੍ਰੋਸ ਕੀਤੀ ਹੈ ਉਹਦੀਆਂ ਪ੍ਰੋਬਲਮ ਥੋੜ੍ਹੀਆਂ ਸ਼ੁਰੂ ਹੋਈਆਂ ਨੇ। ਔਰ ਮੇਰੇ ਵਿਚਾਰ 'ਚ 2 ਨਵੰਬਰ 2014 ਤੋਂ ਸ਼ਨੀ ਉਹਦਾ ਚੇਂਜ ਹੋ ਰਿਹਾ, ਅਤੇ ਉਸ ਤੋਂ ਬਾਅਦ ਉਹਦੇ ਪੜ੍ਹਾਈ ਵਾਸਤੇ, ਸਟੱਡੀ ਵਾਸਤੇ ਸਭ ਕੁਛ ਬਹੁਤ ਅੱਛਾ ਹੈ। 2015-2016 ਸਟੱਡੀ ਵਿੱਚ ਅੱਛੀ ਰਹੇਗੀ, ਥੋੜ੍ਹਾ ਜਿਹਾ ਵੇਟ ਕਰੋ, ਪਰ ਉਹ ਸਟੱਡੀ ਆਪਣੀ ਪੂਰੀ ਕਰੇਗੀ, ਜ਼ਿੰਦਗੀ 'ਚ ਸਕਸੈਸ ਹੋਏਗੀ ਔਰ ਮੈਡੀਕਲ ਲਾਈਨ ਦੇ ਵਿੱਚ ਜਾਣ ਦੇ ਚਾਂਸਿਸ ਨੇ ਉਹਦੇ। ਉਹਨੂੰ ਮੈਡੀਕਲ ਲਾਈਨ ਵਾਸਤੇ ਕੋਸ਼ਿਸ਼ ਕਰਾਓ, ਇੰਟੈਲੀਜੈਂਟ ਬੱਚੀ ਹੈ। ਠੀਕ ਹੈ, ਥੈਂਕ ਯੂ ਜੀ। ਜੀ ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਮੇਰੇ ਹਸਬੈਂਡ ਬਾਰੇ ਪੁੱਛਣਾ ਸੀ, ਪਰ ਬਰਕਤ ਨੀ ਰਹਿੰਦੀ ਘਰ ਵਿੱਚ, ਜਿੱਦਾਂ ਪੈਸਾ ਆਉਂਦਾ ਉਦਾਂ ਹੀ ਇਹ ਜਾਈ ਜਾਂਦਾ, ਕੰਮ ਵੀ ਕਰਦੇ, ਕੋਈ ਕੰਮ ਨੀ ਸਿਰੇ ਚੜਦਾ ਸਾਡਾ। ਕੀ ਡੇਟ ਆਫ ਬਰਥ ਹੈ ਇਹਨਾਂ ਦੀ? ਹੈਗੀ ਆ 20 ਜੂਨ 1972 ਜਨਮ ਕਿਹੜੀ ਜਗ੍ਹਾ ਦਾ ਬੇਟੇ ਉਹਨਾਂ ਦਾ?
ਹਾਂ ਜੀ ਜਲੰਧਰ ਦਾ ਹੀ। ਮੈਰਿਜ ਡੇਟ ਤੁਹਾਡੀ? ਮੈਰਿਜ ਡੇਟ ਹੈਗੀ ਸਾਡੀ 25 ਜਨਵਰੀ 2010। 25 ਜਨਵਰੀ 2010। ਹਾਂ ਜੀ। ਵੈਸੇ ਇਹਨਾਂ ਦਾ ਬੇਟਾ ਬਹੁਤ ਅੱਛਾ ਹੈ, ਸਾਰਾ ਕੁਝ ਬਹੁਤ ਵਧੀਆ ਰਿਹਾ ਲਾਈਫ ਦੇ ਵਿੱਚ, ਔਰ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਤਰੱਕੀ ਵੀ ਕੀਤੀ ਹੈ। ਹੁਣ 5 ਸਾਲ ਤੋਂ ਥੋੜ੍ਹੀਆਂ ਜਿਹੀਆਂ ਪ੍ਰੋਬਲਮ ਬਹੁਤ ਵਧੀਆ ਨੇ ਇਹਨਾਂ ਦੀਆਂ। ਤੁਸੀਂ ਦੇਖਿਆ ਹੋਊਗਾ ਕਿ 2008 ਤੋਂ ਪਹਿਲਾਂ ਕਾਫ਼ੀ ਠੀਕ ਠਾਕ ਸੀਗਾ, ਪਰ 2008 ਤੋਂ ਬਾਅਦ ਹੌਲੀ ਹੌਲੀ ਪ੍ਰੋਬਲਮ ਵੱਧ ਰਹੀਆਂ ਨੇ। ਪਲੈਨਿੰਗ ਅੱਛੀਆਂ ਬਣਦੀਆਂ ਨੇ, ਪਲੈਨਿੰਗ 'ਚ ਪ੍ਰੈਕਟੀਕਲ ਰੂਪ ਨਹੀਂ ਲੈ ਪਾਉਂਦੀਆਂ, ਉੱਪਰ ਜਾਂਦੇ ਨੇ ਨੀਚੇ ਆਉਂਦੇ ਨੇ, ਅਤੇ ਉਹਨਾਂ ਨੂੰ ਥੋੜ੍ਹਾ ਜਿਹਾ ਗ੍ਰਹਿ ਖਰਾਬ ਨੇ, ਥੋੜ੍ਹਾ ਜਿਹਾ ਜਿਵੇਂ ਕੋਈ ਨੈਗੇਟਿਵ ਐਨਰਜੀ ਨਜ਼ਰ ਐਸੀ ਸਥਿਤੀ ਕਰਕੇ ਉਹਨਾਂ ਦਾ ਖਰਾਬ ਹੋ ਜਾਂਦਾ, ਬਣਿਆ ਬਣਾਇਆ ਕੰਮ ਵੀ ਵਿਗੜ ਜਾਂਦਾ, ਬਣੇ ਬਣਾਏ ਕੰਮਾਂ 'ਚ ਵੀ ਰੁਕਾਵਟ ਆ ਜਾਂਦੀ ਹੈ। ਲੱਗਦਾ ਕਿ ਬਹੁਤ ਅੱਛਾ ਹੋ ਰਿਹਾ, ਲਾਸਟ 'ਤੇ ਰਿਜ਼ਲਟ ਘੱਟ ਜਾਂਦਾ, ਅਤੇ ਤੁਸੀਂ ਉਹਦੇ ਵਾਸਤੇ ਭੈਣ ਜੀ ਤੁਹਾਨੂੰ ਪਰਮਾਤਮਾ ਦੇ ਚਰਨਾਂ 'ਚ, ਮਾਤਾ ਰਾਣੀ ਦੇ ਚਰਨਾਂ 'ਚ ਲੱਗਣਾ ਪਏਗਾ। ਦੋਸਤੋ, ਇਹ ਸਾਰਿਆਂ ਵਾਸਤੇ ਹੀ ਜਵਾਬ ਹੈ। ਬਹੁਤ ਸਾਰੇ ਲੋਕਾਂ ਦੇ ਨਾਲ ਇਸ ਤਰ੍ਹਾਂ ਦੀ ਦੀਆਂ ਘਟਨਾ ਹੁੰਦੀ ਆ, ਤੁਹਾਡਾ ਕਦੀ ਫੋਨ ਮਿਲ ਵੀ ਨਹੀਂ ਪਾਉਂਦਾ ਸਾਰਿਆਂ ਦਾ। ਜਦੋਂ ਇਸ ਤਰ੍ਹਾਂ ਹੋਏ ਕਿ ਕੰਮ ਨਾ ਚੱਲੇ ਜਾਂ ਥੋੜ੍ਹੀ ਰੁਕਾਵਟ ਆਉਣ ਲੱਗੇ, ਤਾਂ ਪਹਿਲਾਂ ਤਾਂ ਆਪਣੀਆਂ ਕਮੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਕਿ ਸਾਡੀ ਕੋਸ਼ਿਸ਼ ਵਿੱਚ ਤਾਂ ਨਹੀਂ ਕੋਈ ਕਮੀ ਹੈਗੀ, ਕਿਉਂਕਿ ਉਸ ਪਰਮਾਤਮਾ ਨੇ ਤੁਹਾਡੇ ਵਾਸਤੇ ਸਭ ਖੁਸ਼ੀਆਂ ਬਣਾਈਆਂ ਨੇ, ਤੁਹਾਨੂੰ ਸਭ ਸਾਧਨ ਦਿੱਤੇ ਨੇ। ਜਿੱਦਾਂ ਇੱਕ ਪੰਛੀ ਵੀ ਆਲ੍ਹਣੇ ਦੇ ਵਿੱਚ ਰਹਿੰਦਾ, ਅਤੇ ਉਹਦੇ ਵਾਸਤੇ ਵੀ ਉਹਨੇ ਖਾਣੇ ਦਾ ਇੰਤਜ਼ਾਮ ਕੀਤਾ, ਪਰ ਉਸ ਪੰਛੀ ਨੂੰ ਖਾਣਾ ਲੈਣ ਵਾਸਤੇ ਬਾਹਰ ਜਾਣਾ ਪੈਂਦਾ, ਆਪਣੇ ਘੋਂਸਲੇ ਤੋਂ, ਆਪਣੇ ਘੋਂਸਲੇ ਤੋਂ ਬਾਹਰ ਜਾਣਾ ਪੈਂਦਾ। ਇਸੇ ਤਰ੍ਹਾਂ ਸਾਨੂੰ ਵੀ ਜ਼ਿੰਦਗੀ 'ਚ ਕੋਸ਼ਿਸ਼ ਕਰਨੀ ਪੈਂਦੀ ਹੈ, ਪਰ ਜਦੋਂ ਇਸ ਤਰ੍ਹਾਂ ਦੀ ਸਥਿਤੀ ਆਏ, ਤੁਸੀਂ ਪਹਿਲਾਂ ਖਿਮਾ ਮੰਗੋ, ਆਪਣੀਆਂ ਗਲਤੀਆਂ ਬਾਰੇ ਸੋਚੋ, ਔਰ ਉਸ ਤੋਂ ਬਾਅਦ ਇਹ ਘਿਓ ਦੀ ਇੱਕ ਜੋਤ ਜਲਾਓ, ਤੇਲ ਦੀ ਜੋਤ ਜਲਾਓ, ਘਿਓ ਦੀ ਜੋਤ ਲੈਫਟ ਸਾਈਡ 'ਤੇ ਰੱਖੋ, ਤੇਲ ਦੀ ਜੋਤ ਰਾਈਟ ਸਾਈਡ 'ਤੇ ਰੱਖੋ, ਔਰ ਜਿਸ ਵੀ ਇਸ਼ਟ ਨੂੰ ਮੰਨਦੇ ਹੋ ਤੁਸੀਂ, ਜੇ ਜੋ ਵੀ ਧਰਮ ਨੂੰ ਮੰਨਦੇ ਹੋ, ਘੱਟੋ ਘੱਟ 40 ਮਿੰਟ ਬੈਠ ਕੇ ਸਿਮਰਨ ਕਰੋ, ਜੋ ਵੀ ਤੁਹਾਡਾ ਧਰਮ ਹੈ, ਜਿਸ ਵੀ ਵਿੱਚ ਹੋ, ਅੱਲਾਹੁ ਕਹੋ, ਸਤਨਾਮ ਵਾਹਿਗੁਰੂ ਕਹੋ, ਓਮ ਹਰੀਮ ਨਮੈ ਕਹੋ, ਜੋ ਨਹੀਂ ਤਾਂ ਕਹੋ ਪਰਮਾਤਮਾ ਮੇਰੀ ਹੈਲਪ ਕਰ, ਅੱਖਾਂ ਬੰਦ ਕਰਕੇ ਇਸ ਤਰ੍ਹਾਂ ਬੈਠ ਜਾਓ ਇਸ ਜਗ੍ਹਾ 'ਤੇ, ਉਸ ਪਰਮਾਤਮਾ ਦਾ ਧਿਆਨ ਕਰੋ, ਔਰ 35 ਮਿੰਟ ਬਾਅਦ 5 ਮਿੰਟ ਵਾਸਤੇ ਇਸ ਤਰ੍ਹਾਂ ਅੱਖਾਂ ਉੱਪਰ ਹੱਥ ਰੱਖ ਕੇ ਮਯੂਰ ਪੰਖ ਕਿਰਿਆ ਕਰੋ, ਔਰ ਅਰਦਾਸ ਕਰੋ, ਔਰ ਵਿਜਨ ਕਰੋ ਕਿ ਤੁਸੀਂ ਸੁਖੀ ਹੋ ਰਹੇ ਹੋ। ਔਰ ਦੋਸਤੋ, ਤੁਸੀਂ ਹੈਰਾਨ ਹੋਵੋਗੇ ਕਿ ਤੁਹਾਡੀ ਜੋ ਅੰਦਰ ਦੀ ਸ਼ਕਤੀ ਹੈ, ਜੋ ਅੰਦਰ ਦੀ ਤੁਹਾਡੀ ਤਾਕਤ ਹੈ, ਜੋ ਅੰਦਰ ਦਾ ਤੁਹਾਡਾ ਆਗਿਆ ਚੱਕਰ ਹੈ, ਉਹ ਇੰਨਾ ਐਕਟੀਵੇਟ ਹੁੰਦਾ ਕਿ ਤੁਹਾਡੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਸਦਾ ਚੜ੍ਹਦੀ ਕਲਾ 'ਚ ਸੋਚੋ, ਨੈਗੇਟਿਵ ਬਿਲਕੁਲ ਨਹੀਂ ਸੋਚੋ, ਔਰ ਜ਼ਿੰਦਗੀ ਦੇ ਵਿੱਚ ਕਾਮਯਾਬੀ ਵਾਸਤੇ ਆਪਣੀ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ, ਔਰ ਸਾਰੀ ਜ਼ਿੰਮੇਵਾਰੀ ਆਪਣੇ ਉੱਪਰ ਲਓ, ਨਾ ਗ੍ਰਹਿਵਾਂ ਨੂੰ ਦੋਸ਼ ਦਿਓ ਕਿ ਮੇਰੇ ਗ੍ਰਹਿ ਨਹੀਂ ਸੀ ਅੱਛੇ ਚੱਲ ਰਹੇ, ਖਰਾਬ ਹੋ ਗਿਆ, ਨਾ ਕਿਸੇ ਦੂਜੇ ਨੂੰ ਦੋਸ਼ ਦਿਓ ਕਿ ਮੇਰੇ ਦੋਸਤ ਮਿੱਤਰ ਨੇ ਨਹੀਂ ਕੀਤਾ, ਨਾ ਕਿਸੇ ਰਿਸ਼ਤੇਦਾਰ ਨੂੰ ਦੋਸ਼ ਦਿਓ। ਔਰ ਜਿਸ ਦਿਨ ਤੁਸੀਂ ਆਪਣੀ ਗਲਤੀ ਮੰਨ ਲਓਗੇ, ਆਪਣੀ ਜ਼ਿੰਮੇਵਾਰੀ ਪੂਰੀ ਲੈ ਲਓਗੇ, ਨੈਕਸਟ ਡੇ ਤੁਸੀਂ ਤਰੱਕੀ ਕਰਨੀ ਸ਼ੁਰੂ ਹੋਵੋਗੇ। ਤੁਸੀਂ ਬੇਟਾ ਇਸ ਪ੍ਰਯੋਗ ਨੂੰ 40 ਦਿਨ ਕਰੋ, 40 ਦਿਨ ਬਾਅਦ ਮੈਨੂੰ ਤੁਸੀਂ ਕਹੋਗੇ ਕਿ ਥੋੜ੍ਹਾ ਇੰਪਰੂਵਮੈਂਟ ਹੋਣੀ ਸ਼ੁਰੂ ਹੋਈ ਹੈ, ਉਸ ਤੋਂ ਬਾਅਦ ਹੋਰ ਹੋਏਗੀ, ਹੋਰ ਹੋਏਗੀ। ਉਹ ਮਾਤਾ ਰਾਣੀ ਕਰਨ ਬੇਟੇ ਕਿ ਤੁਸੀਂ ਕਾਮਯਾਬ ਹੋ, ਸਕਸੈਸ ਹੋ। ਜੀ ਸਤਿ ਸ਼੍ਰੀ ਅਕਾਲ। ਹੈਲੋ ਸ਼ੈਲੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੇਰਾ ਨਾਮ ਚਰਨਜੀਤ ਹੈ, ਅਤੇ ਮੈਂ ਆਪਣੀ ਹੈ ਨਾ ਜੋਬ ਬਾਰੇ ਪਤਾ ਕਰਨਾ ਸੀਗਾ ਕਿ ਮੈਨੂੰ ਹਜੇ ਤੱਕ ਕੋਈ ਜੋਬ ਨਹੀਂ ਮਿਲੀ ਹੈਗੀ, ਅਤੇ ਮੈਂ ਉਹਦੇ ਬਾਰੇ ਪੁੱਛਣਾ ਸੀਗਾ। ਹਾਂਜੀ ਬੇਟੇ, ਕੀ ਡੇਟ ਆਫ ਬਰਥ ਹੈ ਤੁਹਾਡੀ ਚਰਨਜੀਤ? ਮੇਰੀ ਜਨਮ ਤਰੀਕ ਹੈਗੀ ਆ 14 ਮਈ 1987 ਜੀ। ਦਿਨ ਵੀਰਵਾਰ ਸਵੇਰ ਦੇ 8 ਵਜੇ, ਜਲੰਧਰ, ਜ਼ਿਲ੍ਹਾ ਜਲੰਧਰ ਅਤੇ ਨਕੋਦਰ ਤੋਂ। ਅੱਛਾ, ਨਕੋਦਰ ਦਾ ਜਨਮ ਤੁਹਾਡਾ ਬੇਟੇ, ਬਹੁਤ ਅੱਛਾ। ਹਾਂਜੀ ਹਾਂ, ਮੇਰਾ ਵੀ ਨਕੋਦਰ ਦਾ ਹੀ ਜਨਮ ਹੈ ਬੇਟੇ, ਤੇਰੇ ਸ਼ਹਿਰ ਦਾ ਹੀ। ਬੇਟੇ ਮੇਰੇ ਵਿਚਾਰ 'ਚ ਤੈਨੂੰ 15 ਕੁ ਦਿਨ ਦੇ ਵਿੱਚ ਜੋਬ ਦਾ ਲੈਟਰ ਆਉਣਾ ਚਾਹੀਦਾ ਬੇਟੇ, ਜੋ ਜੋਬ ਵਾਸਤੇ ਤੁਸੀਂ ਕੋਸ਼ਿਸ਼ ਕੀਤੀ ਹੋਈ ਹੈ ਉਹ ਜੋਬ ਬਣਨੀ ਚਾਹੀਦੀ ਹੈ। ਅੱਛਾ, ਹਾਂ, ਜਿਹਦਾ ਤੂੰ ਵੇਟ ਕਰ ਰਹੀ ਹੈ, ਔਰ ਲੇਟ ਤੋਂ ਲੇਟ ਵੀ ਹੋ ਜਾਵੇ, ਲੇਟ ਤੋਂ ਲੇਟ ਵੀ ਹੋ ਜਾਵੇ, ਤਾਂ 28 ਅਪ੍ਰੈਲ ਤੋਂ ਪਹਿਲਾਂ ਪੁੱਤਰ ਤੇਰੇ ਕੋਲ ਜੋਬ ਹੋਣੀ ਚਾਹੀਦੀ, ਬਹੁਤ ਅੱਛੀ। ਜਦੋਂ ਵੀ ਜੋਬ ਹੋ ਜਾਵੇ, ਪਰਮਾਤਮਾ ਦਾ, ਮਾਤਾ ਰਾਣੀ ਦੇ, ਰਾਣੀ ਦਾ ਸ਼ੁਕਰੀਆ ਅਦਾ ਕਰਨਾ, ਤੁਸੀਂ ਇੱਥੇ ਬਹੁਤ ਤਰੱਕੀ ਕਰੋਗੇ ਬੇਟੇ, ਤੁਸੀਂ ਬਿਲਕੁਲ
ਜਦੋਂ ਬੇਟੇ ਤੇਰੀ ਉਮਰ 29 ਦੀ ਪੂਰੀ ਹੋ ਜਾਂਦੀ ਹੈ, ਉਸ ਤੋਂ ਬਾਅਦ ਬੇਟੇ ਤੂੰ ਬਹੁਤ ਤਰੱਕੀ ਕਰਨੀ ਹੈ। ਤੂੰ ਮਾਤਾ ਰਾਣੀ ਦੇ ਚਰਨਾਂ 'ਚ, ਪਰਮਾਤਮਾ ਦੇ ਚਰਨਾਂ 'ਚ ਲੱਗੀ ਰਹਿਣਾ ਬੇਟੇ। ਜਿੱਦਾਂ ਦੀ ਹੁਣ ਸੱਚੀ ਸੁੱਚੀ ਹੈ, ਸਟੇਟ ਫਾਰਵਰਡ ਹੈ, ਇੱਦਾਂ ਦੀ ਰਹਿਣਾ ਬੇਟਾ। ਜੀ ਸਤਿ ਸ਼੍ਰੀ ਅਕਾਲ। ਹੈਲੋ। ਹਾਂ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਕੁਐਸਚਨ ਪੁੱਛਣਾ ਚਾਹੁੰਦੀ ਹਾਂ। ਮੇਰੇ ਬੇਟੇ ਨੂੰ 8 ਸਾਲ ਹੋ ਗਏ ਅਮਰੀਕਾ ਰਹਿੰਦੇ ਨੂੰ, ਮੈਰਿਜ ਕਰਵਾ ਕੇ ਆਇਆ ਸੀ ਵੀ ਉਹਦਾ ਹਜੇ ਘਰ ਦਾ ਨੀ ਪਤਾ ਲੱਗਦਾ ਲੈਣ ਦਾ, ਵੀ ਕਦ ਜੋਗ ਬਣਦੇ ਆ ਘਰ ਲੈਣ ਦੇ। 16 ਮਈ 83 ਉਹਦੀ ਜਨਮ ਤਰੀਕ ਆ, ਮੁੱਲਾ ਪ੍ਰਤਾਖਾ ਜਨਮ ਹੋਇਆ ਤੇ ਸ਼ਾਮ ਨੂੰ 6:25 ਤੇ। 16 ਮਈ? ਹਾਂਜੀ 16 ਮਈ 1983 ਮੈਨੂੰ ਤਾਂ ਬਹੁਤ ਜਲਦੀ ਭੈਣ ਜੀ ਦਿਖਾਈ ਦੇ ਰਿਹਾ ਬੇਟੇ ਦਾ ਘਰ ਬਣਦਾ। ਅਕਤੂਬਰ ਤੋਂ ਲੈ ਕੇ ਮਾਰਚ ਦੇ ਵਿੱਚ ਵਿੱਚ ਮਾਤਾ ਰਾਣੀ ਦੀ ਕਿਰਪਾ ਨਾਲ ਘਰ ਬਣ ਜਾਣਾ ਚਾਹੀਦਾ ਜੀ। ਉਸ ਤੋਂ ਪਹਿਲਾਂ ਬਣਦੇ ਚਾਂਸ? ਹਾਂਜੀ ਇਸੇ ਸਾਲ ਦੇ ਵਿੱਚ ਭੈਣ, ਅਕਤੂਬਰ ਤੋਂ ਲੈ ਕੇ ਮਾਰਚ ਤੋਂ ਪਹਿਲਾਂ। ਹਾਂਜੀ ਔਰ ਅੱਛਾ ਘਰ ਬਣੇਗਾ, ਸੁਖੀ ਰਹੇਗਾ। ਤੁਸੀਂ ਨੋਟ ਕੀਤਾ ਹੋਣਾ ਪਿਛਲੇ 2 ਸਾਲ ਤੋਂ ਘਰ ਤਾਂ ਨਹੀਂ ਬਣਿਆ, ਪਰ ਉਹਦਾ ਵੈਸੇ 2 ਸਾਲ ਤੋਂ ਟਾਈਮ ਅੱਛਾ ਚੱਲ ਰਿਹਾ ਜੀ, ਕੰਮ ਵਧੀਆ ਕਰ ਰਿਹਾ, ਬਹੁਤ ਅੱਛੀ ਸਥਿਤੀ ਆ ਰਹੀ ਹੈ ਅਤੇ ਹੁਣ ਘਰ ਦਾ ਵੀ ਯੋਗ ਬਣ ਗਿਆ। ਤੁਸੀਂ ਵਾਹਿਗੁਰੂ ਦਾ, ਮਾਤਾ ਰਾਣੀ ਦਾ ਥੈਂਕਸ ਕਰੋ, ਸ਼ੁਕਰੀਆ ਕਰੋ ਕਿ ਬਹੁਤ ਅੱਛਾ ਬੱਚਾ ਹੈ ਔਰ ਬਹੁਤ ਅੱਛਾ ਚੱਲ ਰਿਹਾ ਔਰ ਘਰ ਵੀ ਜਲਦੀ ਬਣ ਰਿਹਾ। ਕਹਿ ਦਿੰਦਾ ਹਜੇ ਨਹੀਂ 5 ਸਾਲ ਲੈਣਾ? ਨਹੀਂ ਨਹੀਂ ਲੈ ਲੇਗਾ, ਲੈ ਲੇਗਾ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਟੀਵੀ ਦੀ ਆਵਾਜ਼ ਹੌਲੀ ਕਰ ਦਿਓ ਸਰ, ਕੀ ਪੁੱਛਣਾ ਤੁਸੀਂ? ਮੈਂ ਪੁੱਛਣਾ ਜੀ, ਸ਼ੈਰੀ ਜੀ ਪਹਿਲੇ ਤੇ ਮੇਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ ਸਵਾਮੀ ਜੀ ਨੂੰ ਵੀ ਮੇਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ। ਮੈਂ ਆਪਣੇ ਬੇਟੇ ਦਾ ਇਮੀਗ੍ਰੇਸ਼ਨ ਬਾਰੇ ਪੁੱਛਣਾ ਸੀ ਕਿ ਉਹ ਉਹਨਾਂ ਮੈਂ ਸਿਟੀਜ਼ਨ ਦੇ ਉੱਤੇ ਮੈਂ ਉਹਦਾ ਮੈਰਿਜ ਕਰਕੇ ਆਇਆ ਸੀ ਤੇ ਉਹਦਾ ਅਪਲਾਈ ਕੀਤਾ ਹੋਇਆ ਪਹਿਲੇ, ਤੇ ਹੁਣ ਉਹ ਮੈਰਿਜ ਹੋ ਗਈ ਆ। ਮੇਰਾ ਬੇਟਾ ਕਦੋਂ ਤੱਕ ਇਹ ਅਮਰੀਕਾ ਵਿੱਚ ਆਊਗਾ? ਬੇਟੇ ਦੀ ਮੈਰਿਜ ਕੀਤੀ ਹੈ ਜੀ? ਹਾਂਜੀ ਹਾਂਜੀ। ਅੱਛਾ ਇਹ ਕੀ ਡੇਟ ਆਫ ਬਰਥ ਤੱਕ ਆਏਗਾ? ਮੈਂ ਬਹੁਤ ਪਰੇਸ਼ਾਨ ਆ ਜੀ, ਬਹੁਤ ਟੈਨਸ਼ਨ ਚ, ਸਟ੍ਰੈਸ ਵਿੱਚ ਹੈਗਾ। ਕਈ ਵਾਰੀ ਉਹਦਾ ਪਹਿਲਾਂ ਵੀ ਕੀਤਾ ਗਿਆ, ਫਿਰ ਵਿੱਚ ਰੁਕ ਗਿਆ, ਹੁਣ ਕੀਤਾ ਹੋਇਆ 2009 ਦਾ ਜੀ, ਹਲੇ ਤੱਕ ਕੋਈ ਉਹਦਾ ਆਨਸਰ ਨਹੀਂ ਆ ਰਿਹਾ। ਕਦੋਂ ਤੱਕ ਦੀ ਉਮੀਦ ਹੈ ਜੀ? ਡੇਟ ਆਫ ਬਰਥ ਆਏਗਾ, ਇਕੱਲਾ ਹੀ ਆਏਗਾ? ਡੇਟ ਆਫ ਬਰਥ ਕੀ ਹੈ ਸਰ ਬੇਟੇ ਦੀ? ਸਰ ਬੇਟੇ ਦੀ ਡੇਟ ਆਫ ਬਰਥ ਕੀ ਹੈ? 1 ਸਤੰਬਰ 1984 ਉਹਦਾ ਜਨਮ ਹੈਗਾ ਜੀ, ਸਵੇਰ ਦਾ ਆਪਣੇ 2:25 ਦਾ। ਕਿਹੜੀ ਜਗ੍ਹਾ ਦਾ ਭਾਈ ਸਾਹਿਬ? ਸਰ ਕਿਹੜੀ ਜਗ੍ਹਾ ਦਾ ਜਨਮ ਦੱਸਿਆ ਜੀ? ਦਿੱਲੀ ਜੀ, ਦਿੱਲੀ। ਠੀਕ ਹੈ। ਹਾਂਜੀ ਦੇਖੋ ਭਾਈ ਸਾਹਿਬ, ਉਸ ਬੱਚੇ ਦਾ ਹਰ ਵਾਰੀ ਰੁਕ ਜਾਂਦਾ ਹੈ, ਸਾਰਾ ਕੁਛ ਖਰਾਬ ਹੋ ਜਾਂਦਾ ਹੈ, ਪਰ ਉਸ ਬੱਚੇ ਨੂੰ ਆਉਣਾ ਚਾਹੀਦਾ ਜ਼ਰੂਰ ਜੀ, ਨਿਸ਼ਚਿਤ ਰੂਪ 'ਚ ਆਉਣਾ ਚਾਹੀਦਾ ਉਹਨੂੰ। ਕੋਈ ਹਾਂਜੀ ਬੋਲੋ ਜੀ ਸਵਾਮੀ ਜੀ। ਹਾਂਜੀ ਉਹਨੂੰ ਕੋਈ ਰੋਕ ਨਹੀਂ ਸਕਦਾ, ਪਰ ਉਹਦੀ ਨਾ ਬਿਲਕੁਲ ਰੁਕਾਵਟ ਪਈ ਹੋਈ ਹੈ। ਪਰ ਮੇਰੇ ਵਿਚਾਰ ਦੇ ਵਿੱਚ ਸਰ, ਇਹ ਜਿਹੜਾ ਮਾਰਚ ਮਹੀਨਾ ਚੱਲ ਰਿਹਾ ਉਹਦੀ ਰੁਕਾਵਟ ਦਾ ਲਾਸਟ ਹੈ, ਔਰ ਅਪ੍ਰੈਲ ਤੋਂ ਤੁਸੀਂ ਜੋ ਵੀ ਕੋਸ਼ਿਸ਼ ਕਰੋਗੇ ਉਹਦੇ ਬਾਰੇ, ਜੋ ਵੀ ਕੋਈ ਪਲੈਨਿੰਗ ਬਣਾਓਗੇ ਜਾਂ ਕੋਈ ਜੋ ਵੀ ਇਮੀਗ੍ਰੇਸ਼ਨ ਦਾ ਸਿਸਟਮ ਹੈ ਉਹਨੂੰ ਫਾਲੋ ਕਰੋਗੇ ਤਾਂ ਉਸਦੇ ਵਿੱਚ ਸਕਸੈਸ ਮਿਲੇਗੀ। ਔਰ ਲੇਟ ਤੋਂ ਲੇਟ ਵੀ ਮੈਂ ਤੁਹਾਨੂੰ ਕਹਾਂ ਜੀ, ਲੇਟ ਤੋਂ ਲੇਟ ਵੀ 15 ਫਰਵਰੀ 2015 ਤੋਂ ਪਹਿਲਾਂ ਉਹਨੂੰ ਆ ਜਾਣਾ ਚਾਹੀਦਾ ਜੀ। ਠੀਕ ਆ ਜੀ। ਔਰ ਬਿਲਕੁਲ ਫੈਮਿਲੀ ਆਊਗਾ ਜੀ? ਇਕੱਲਾ? ਇਹ ਨਹੀਂ ਪਤਾ ਲੱਗ ਰਿਹਾ ਮੈਨੂੰ ਜੀ, ਜਿੰਨਾ ਸਰ ਪ੍ਰਸ਼ਨ ਤੋਂ ਪਤਾ ਲੱਗਿਆ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਤੁਹਾਨੂੰ ਕੋਈ ਝੂਠੀ ਹੋਪ ਨਹੀਂ ਦੇਣਾ ਚਾਹੁੰਦਾ, ਮੈਨੂੰ ਜਿੰਨਾ ਕੁ ਪ੍ਰਸ਼ਨ ਤੋਂ ਪਤਾ ਲੱਗਿਆ। ਫੈਮਿਲੀ ਬਾਰੇ ਫਿਰ ਕਦੀ ਦੱਸ ਦਿਆਂਗੇ, ਪਰ ਬੇਟਾ ਨਿਸ਼ਚਿਤ ਰੂਪ 'ਚ ਆ ਰਿਹਾ, ਹੋ ਸਕਦਾ ਪਰਮਾਤਮਾ ਕਰੇ ਫੈਮਿਲੀ ਵੀ ਨਾਲ ਆਏ ਤਾਂ ਬਹੁਤ ਵਧੀਆ ਹੋਏਗਾ ਜੀ। ਹਾਂਜੀ ਤੁਹਾਡੀ ਕਿਰਪਾ ਨੇ ਤੇ ਤੁਹਾਡੇ ਦਰਸ਼ਨ ਵੀ ਕਰਾਂਗੇ ਨਾ। ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸ਼ੈਰੀ ਜੀ, ਕੀ ਹਾਲ? ਹਾਂਜੀ ਠੀਕ ਠਾਕ, ਤੁਸੀਂ ਸੁਣਾਓ ਜੀ? ਬਸ ਵਧੀਆ ਸ਼ੈਰੀ ਜੀ, ਠੀਕ ਠਾਕ ਸਾਡਾ ਵੀ। ਸ਼ੈਰੀ ਜੀ ਮੈਂ ਆਪਣੇ ਬੇਟੇ ਬਾਰੇ ਪੁੱਛਣਾ ਚਾਹੁੰਦੀ ਸੀਗੀ। ਹਾਂਜੀ ਸਵਾਮੀ ਜੀ ਨੂੰ ਪੁੱਛੋ। ਹਾਂਜੀ ਮੇਰੇ ਬੇਟੇ ਦਾ ਨਾਂ ਹੈਗਾ ਮਨਿੰਦਰ ਸਿੰਘ। ਹਾਂਜੀ ਉਹਦਾ ਡੇਟ ਆਫ ਬਰਥ ਹੈਗਾ 1 ਮਈ 1995। ਹਾਂਜੀ ਅੰਮ੍ਰਿਤਸਰ। ਠੀਕ ਹੈ। ਮੈਂ ਉਹਨਾਂ ਬਾਰੇ ਪੁੱਛਣਾ ਚਾਹੁੰਦੀ, ਉਹ ਮੈਡੀਕਲ ਲਾਈਨ 'ਚ ਜਾਣਾ ਚਾਹੁੰਦਾ, ਫਾਰਮੇਸੀ ਕਰਨਾ ਚਾਹੁੰਦੇ ਆ, ਕੀ ਉਹਨਾਂ ਵਾਸਤੇ ਸਹੀ ਹੈ ਲਾਈਨ?
ਪ੍ਰਸ਼ਨ ਕੁੰਡਲੀ ਤੋਂ ਬੇਟਾ ਪ੍ਰੋਫੈਸ਼ਨ ਬਾਰੇ ਦੱਸਣਾ ਬੜਾ ਕਠਿਨ ਹੋ ਜਾਂਦਾ, ਪਰ ਮਨਿੰਦਰ ਤੁਹਾਡਾ ਬਹੁਤ ਹੋਣਹਾਰ ਬੇਟਾ, ਬੇਟਾ ਬਹੁਤ ਹੀ ਵਧੀਆ ਬੱਚਾ, ਸਟੱਡੀ 'ਚ ਅੱਛਾ ਬੱਚਾ, ਔਰ ਇਹ ਮੈਡੀਕਲ ਲਾਈਨ ਦਾ ਹੀ ਬੱਚਾ ਵਾ, ਇਹਦੇ ਵਿੱਚ ਹੀ ਉਹ ਕਾਮਯਾਬ ਹੋਏਗਾ, ਇਸੇ ਦੇ ਵਿੱਚ ਬੇਟੇ ਸਕਸੈਸ ਹੋਏਗਾ, ਇਸੇ ਲਾਈਨ 'ਚ ਭੇਜੋ। ਪਰ ਉਦੋਂ ਉਹਦੀ ਹੈਲਥ ਦਾ ਬੇਟੇ ਧਿਆਨ ਰੱਖੋ, ਉਹਦਾ ਮੰਗਲ ਥੋੜ੍ਹਾ ਦੋਸ਼ੀ ਹੈ, ਜਦੋਂ ਮੰਗਲ ਦੋਸ਼ੀ ਲੱਗਦਾ ਪ੍ਰਸ਼ਨ ਕੁੰਡਲੀ 'ਚ, ਥੋੜ੍ਹੀ ਹੈਲਥ ਬਾਰੇ ਬੇਟਾ ਧਿਆਨ ਰੱਖਣਾ ਚਾਹੀਦਾ। ਉਹਨੂੰ ਸਕਿਨ ਦੀ ਪ੍ਰੋਬਲਮ ਜਾਂ ਕੋਈ ਚੈਸਟ ਦੀ, ਗਲੇ ਦੀ ਪ੍ਰੋਬਲਮ ਨਾ ਹੋਏ, ਇਸ ਚੀਜ਼ ਦਾ ਧਿਆਨ ਰੱਖਿਓ। ਅਦਰਵਾਈਜ਼ ਮੈਡੀਕਲ ਲਾਈਨ ਉਹਦੇ ਵਾਸਤੇ ਬਹੁਤ ਵਧੀਆ, ਬਹੁਤ ਅੱਛਾ ਬੱਚਾ ਹੈ, ਉਹ ਪਰਮਾਤਮਾ ਕਿਰਪਾ ਕਰੇ ਅੱਛਾ ਫਾਰਮਾਸਿਸਟ ਬਣੇ, ਤੁਹਾਡੇ ਮਨ ਦੀ ਮੁਰਾਦ ਪੂਰੀ ਹੋਏ ਬੇਟਾ। ਥੈਂਕ ਯੂ ਸਵਾਮੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਹਿਬ ਜੀ, ਮੇਰਾ ਸਵਾਮੀ ਜੀ ਨੂੰ ਨਮਸਕਾਰ। ਹਾਂ ਨਮਸਕਾਰ ਜੀ, ਨਮਸਕਾਰ। ਹਾਂਜੀ, ਮੇਰਾ ਨਾਮ ਬਲਵਿੰਦਰ ਹੈ ਜੀ। ਤੇ ਸਵਾਮੀ ਜੀ, ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਮੈਨੂੰ ਅਕਤੂਬਰ ਮਹੀਨੇ ਤੋਂ ਮੇਰੀ ਨਾ ਪੱਕੀ ਜੋਬ ਲੱਗੀ ਸੀਗੀ ਜੀ। ਤੇ ਉਦੋਂ ਦੀ ਮੈਂ ਨਾ ਬਹੁਤ ਬਿਮਾਰ, ਡਿਪਰੈਸ਼ਨ ਚ ਜਾ ਰਹੀ ਹਾਂ, ਹਨਾ। ਤੇ ਮੈਨੂੰ ਮਤਲਬ ਮੈਂ ਦਵਾਈ ਖਾ ਰਹੀ ਹਾਂ, ਤੇ ਮੈਨੂੰ ਤੁਸੀਂ ਪਲੀਜ਼ ਗਾਈਡ ਕਰੋਗੇ ਤੁਸੀਂ? ਮੈਂ ਤੁਹਾਡੇ ਪ੍ਰੋਗਰਾਮ ਸੁਣਦੀ ਹਾਂ, ਤੇ ਉਹਦੇ ਵਿੱਚ ਤੁਸੀਂ ਜਿਹੜਾ ਮੰਤਰ ਦੱਸਦੇ ਹੋ ਨਾ, ਮੈਂ ਕੱਲ੍ਹ ਤੋਂ ਕਰਨਾ ਸ਼ੁਰੂ ਕੀਤਾ, ਤੇ ਉਹਦੇ ਨਾਲ ਮੈਨੂੰ ਅੱਛਾ ਲੱਗਦਾ ਹੈ। ਵੈਰੀ ਗੁੱਡ ਬੇਟੇ, ਵੈਰੀ ਗੁੱਡ, ਵੈਰੀ ਗੁੱਡ। ਕੀ ਡੇਟ ਆਫ ਬਰਥ ਹੈ ਬੇਟਾ ਤੁਹਾਡੀ? ਮੇਰੀ ਹੈ ਕਿ 25 ਮਾਰਚ 1969। ਇਹ ਕਿਹੜੀ ਜਗ੍ਹਾ ਦਾ ਜਨਮ ਹੈ? ਇਹ ਚੰਡੀਗੜ੍ਹ ਦਾ ਜੀ। ਚੰਡੀਗੜ੍ਹ ਦਾ। ਡਿਪਰੈਸ਼ਨ ਉੱਤੇ ਬੇਟਾ ਅਸੀਂ ਫਿਰ ਵੀ ਕਦੀ ਗੱਲ ਕਰਾਂਗੇ ਦੋਸਤੋ। ਡਿਪਰੈਸ਼ਨ ਕੋਈ ਬਿਮਾਰੀ ਨਹੀਂ ਹੈ। ਡਿਪਰੈਸ਼ਨ ਨੂੰ ਧਿਆਨ ਦੇ ਨਾਲ, ਸਿਮਰਨ ਦੇ ਨਾਲ, ਪਰਮਾਤਮਾ ਦੇ ਚਰਨਾਂ ਦੇ ਜਾਣ ਨਾਲ ਠੀਕ ਕੀਤਾ ਜਾ ਸਕਦਾ, ਆਪਣੀ ਸੋਚ ਨੂੰ ਬਦਲ ਕੇ ਠੀਕ ਕੀਤਾ ਜਾ ਸਕਦਾ। ਤੁਸੀਂ ਬੇਟਾ ਬੁੱਧ ਵਾਲੀ ਕੁੜੀ ਹੋ, ਬਹੁਤ ਸੈਂਸਿਟਿਵ ਹੋ, ਬਹੁਤ ਇਮੋਸ਼ਨਲ ਹੋ, ਔਰ ਨੈਗੇਟਿਵ ਐਨਰਜੀ ਨੂੰ ਬਹੁਤ ਜਲਦੀ ਕੈਚ ਕਰਦੇ ਹੋ, ਔਰ ਕਦੀ ਕਦੀ ਤੁਸੀਂ ਆਪਣੇ ਡਿਸੀਜਨ ਵੀ ਬੇਟਾ ਜਲਦੀ ਜਲਦੀ ਬਦਲਦੇ ਹੋ। ਔਰ ਜੋ ਤੁਸੀਂ ਸ਼ੁਰੂ ਕੀਤਾ ਮੰਤਰ ਜਾਪ, ਉਹਨੂੰ ਸ਼ੁਰੂ ਰੱਖੋ, ਤੁਸੀਂ ਦੇਖੋਗੇ ਕਿ ਵਿਦ ਇਨ 21 ਡੇਜ਼ ਦੇ ਵਿੱਚ ਵਿੱਚ ਹੀ ਤੁਹਾਡਾ ਬਿਲਕੁਲ ਹੋਰ ਜ਼ਿਆਦਾ ਅੱਛਾ ਹੋਣਾ ਸ਼ੁਰੂ ਹੋ ਜਾਏਗਾ। ਪਰ ਮੈਂ ਇੱਕ ਚੀਜ਼ ਹੋਰ ਕਹਿ ਰਿਹਾ, ਪਹਿਲਾਂ ਵੀ ਬਹੁਤ ਵਾਰੀ ਕਹੀ ਹੈ, ਬਾਕੀ ਸਾਰੇ ਲੋਕਾਂ ਦੇ ਵਾਸਤੇ ਵੀ ਬਹੁਤ ਅੱਛੀ ਚੀਜ਼ ਹੈ, ਰਾਤ ਨੂੰ ਸੌਣ ਤੋਂ ਪਹਿਲਾਂ ਬਿਲਕੁਲ ਫਰੈਸ਼ ਹੋ ਜਾਓ। ਫਰੈਸ਼ ਹੋਣ ਤੋਂ ਬਾਅਦ ਜੋ ਵੀ ਤੁਹਾਡੇ ਇਸ਼ਟ ਨੇ, ਜਿਹਨਾਂ ਨੂੰ ਵੀ ਮੰਨਦੇ ਹੋ, ਉਹਨਾਂ ਦਾ ਸਿਮਰਨ ਸ਼ੁਰੂ ਕਰ ਦਿਓ। ਸਿਮਰਨ ਕਰਕੇ ਸ਼ੁਕਰੀਆ ਕਰੋ ਪਰਮਾਤਮਾ ਦਾ, ਜੋ ਵੀ ਤੁਹਾਡੇ ਉੱਤੇ ਉਹਨੇ ਕਿਰਪਾ ਕੀਤੀ ਹੈ। ਔਰ ਫਿਰ ਸਿਮਰਨ ਕਰਦਿਆਂ ਕਰਦਿਆਂ ਜਿੱਦਾਂ ਜਾਗਰਿਤ ਅਵਸਥਾ 'ਚੋਂ ਨੀਂਦ ਦੀ ਅਵਸਥਾ 'ਚ ਚਲੇ ਜਾਓ, ਉਹ ਤੁਹਾਡੀ ਉਹ ਪੂਰੀ ਰਾਤਰੀ ਇੱਕ ਧਿਆਨਮਈ ਰਾਤਰੀ ਬਣ ਜਾਏਗੀ, ਉਹ ਮੰਤਰਮਈ ਰਾਤਰੀ ਬਣ ਜਾਏਗੀ। ਜਦੋਂ ਤੁਸੀਂ ਬੇਟੇ ਸਵੇਰੇ ਉੱਠੋਗੇ, ਤੁਸੀਂ ਹੋਰ ਫਰੈਸ਼ ਫੀਲ ਕਰੋਗੇ। ਔਰ ਆਪਣੇ ਰੂਮ ਦੇ ਵਿੱਚ ਬੇਟੇ ਫਰੈਸ਼ ਫਲਾਵਰ 'ਚ ਰੱਖਣ ਦੀ ਕੋਸ਼ਿਸ਼ ਕਰੋ। ਔਰ ਸਭ ਤੋਂ ਅੱਛਾ ਕੰਮ ਹੋਰ ਕਰੋ ਕਿ ਜਦੋਂ ਖਾਣਾ ਬਣਾਉਂਦੇ ਹੋ ਬੇਟਾ, ਉਹ ਖਾਣਾ ਇਸ ਤਰ੍ਹਾਂ ਬਣਾਓ ਕਿ ਜਿਵੇਂ ਤੁਸੀਂ ਪਰਮਾਤਮਾ ਦਾ ਪ੍ਰਸ਼ਾਦ ਬਣਾ ਰਹੇ ਹੋ, ਮਾਤਾ ਰਾਣੀ ਦਾ ਪ੍ਰਸ਼ਾਦ ਬਣਾ ਰਹੇ ਹੋ। ਸਿਮਰਨ ਕਰਦਿਆਂ, ਅੱਛੀ ਭਾਵਨਾ ਰੱਖਦਿਆਂ, ਮੰਤਰ ਜਾਪ ਕਰਦਿਆਂ ਖਾਣਾ ਬਣਾਓ, ਸਭ ਨੂੰ ਖਿਲਾਓ, ਫਿਰ ਤੁਸੀਂ ਉਹਨੂੰ ਖਾਓਗੇ। ਤੁਸੀਂ, ਮੈਂ ਇੱਕ ਚੀਜ਼ 100% ਬੇਟੇ ਕਹਿੰਦਾ ਕਿ ਵਿਦ ਇਨ 40 ਦਿਨ 'ਚ ਤੁਸੀਂ ਦਵਾਈ ਛੋੜ ਦਿਓਗੇ, ਔਰ ਅਗਲੇ 40 ਦਿਨ ਦੇ ਵਿੱਚ ਵਿੱਚ ਤੁਸੀਂ ਬਿਲਕੁਲ ਵਧੀਆ ਰਹੋਗੇ। ਔਰ ਤੁਸੀਂ ਖੁਦ ਕਹੋਗੇ ਕਿ ਮੈਂ ਕਿਵੇਂ ਡਿਪਰੈਸ਼ਨ 'ਚ ਆ ਗਈ, ਮੈਂ ਤਾਂ ਪਰਮਾਤਮਾ ਦੀ ਬੇਟੀ ਹਾਂ, ਮਾਤਾ ਰਾਣੀ ਦੀ ਬੇਟੀ ਹਾਂ, ਮੈਨੂੰ ਤਾਂ ਕਸ਼ਟ ਆਉਣਾ ਹੀ ਨਹੀਂ ਚਾਹੀਦਾ। ਪਰ ਸਵਾਮੀ ਜੀ, ਮੇਰੀ ਜੋਬ ਥੋੜੀ ਡੇਂਜਰ 'ਚ ਹੈ, ਕਿਉਂਕਿ ਮੈਂ ਗਈ ਨਹੀਂ ਕੰਮ 'ਤੇ ਵਾਪਸ, ਮੈਨੂੰ 3 ਮਹੀਨੇ। ਕੋਈ ਨਹੀਂ ਬੇਟਾ, ਜੋਬ ਵਾਸਤੇ ਤੇਰਾ ਸ਼ਨੀ ਅੱਛਾ ਚੱਲ ਰਿਹਾ, ਦੂਸਰੀ ਮਾਤਾ ਰਾਣੀ ਜੋਬ ਦੇ ਦੇਣਗੇ। ਜੋਬ ਦੀ ਚਿੰਤਾ ਨਹੀਂ ਕਰੋ, ਜੋਬ ਬਾਰੇ ਨਹੀਂ ਸੋਚੋ, ਪਹਿਲਾਂ ਆਪਣੇ ਆਪ ਨੂੰ ਬੇਟਾ ਠੀਕ ਕਰੋ। ਜਿੱਦਾਂ ਆਪਾਂ ਫਲਾਈਟ 'ਚ ਸਫ਼ਰ ਕਰਦੇ ਹਾਂ, ਉਹ ਕਹਿੰਦੇ ਨਾ ਆਕਸੀਜਨ ਦੀ ਲੋੜ ਹੈ, ਪਹਿਲਾਂ ਖੁਦ ਲਓ, ਫਿਰ ਦੂਜਿਆਂ ਨੂੰ ਦੇਣ ਦੀ ਕੋਸ਼ਿਸ਼ ਕਰੋ। ਤੇ ਤੁਸੀਂ ਸਮਿਤ ਜੀ, ਮੈਂ ਤੁਹਾਨੂੰ ਵੈਸੇ ਵੀ ਕੰਟੈਕਟ ਕਰਾਂਗੀ, ਮੈਨੂੰ ਤੁਹਾਡਾ ਅੱਛਾ ਲੱਗਦਾ ਬਹੁਤ ਪ੍ਰੋਗਰਾਮ, ਤੁਸੀਂ ਬਹੁਤ ਅੱਛੀਆਂ ਗੱਲਾਂ ਦੱਸਦੇ ਹੋ। ਥੈਂਕ ਯੂ ਭੈਣ, ਥੈਂਕ ਯੂ। ਤੁਹਾਡੀਆਂ ਬਲੈਸਿੰਗ ਨੇ ਜੀ, ਇਹ ਤੁਹਾਡੀਆਂ ਪ੍ਰਾਰਥਨਾ ਦਾ ਅਸਰ ਹੈ ਕਿ ਜੋ ਮੇਰੇ ਤੇ ਗੁਰੂ ਮਹਾਰਾਜ ਦੀ ਕਿਰਪਾ ਹੈ, ਮੈਂ ਕਰਨ ਦੱਸਣ ਦੀ ਕੋਸ਼ਿਸ਼ ਕਰ। ਗਾਈਡ ਕਰਦੇ ਹੋ ਬਹੁਤ ਜ਼ਿਆਦਾ ਅੱਛਾ, ਗਾਈਡ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗਗਨਦੀਪ ਆ। ਹਾਂਜੀ ਗਗਨ ਜੀ, ਮੇਰੀ ਡੇਟ ਆਫ ਬਰਥ ਹੈਗੀ 12/17/1973। ਹਾਂਜੀ, ਮੈਂ ਨਾ ਸਵਾਮੀ ਜੀ ਨੂੰ ਪੁੱਛਣਾ ਸੀਗਾ, ਕਿਉਂਕਿ ਸਾਡੇ ਨਾ ਕਈ ਰਿਸ਼ਤੇਦਾਰੀਆਂ 'ਚ ਨੈਗੇਟਿਵ ਬਿਮਾਰੀਆਂ ਜਿਹੀਆਂ ਹੋਈਆਂ ਨੇ, ਰਾਈਟ? ਤੇ ਉਹਦੇ ਕਰਕੇ ਮੈਨੂੰ ਵੀ ਆਪਣੀ ਫੈਮਿਲੀ 'ਚ ਬਹੁਤ ਡਰ ਜਿਹਾ ਲੱਗ ਰਿਹਾ, ਹਨਾ, ਵੀ ਕਿਤੇ ਸਾਡੇ ਘਰ 'ਚ ਕੁਛ ਨਾ ਹੋ ਜਾਵੇ। ਮੈਂ ਇਹੀ ਪੁੱਛਣਾ ਮੰਗਦੀ ਹਾਂ ਵੀ ਗਾਂ ਨੂੰ ਸਾਡਾ ਫਿਊਚਰ ਕਿਵੇਂ ਰਹਿ ਸਕਦਾ, ਵੀ ਠੀਕ ਹਾਂ ਅਸੀਂ? ਇਹ ਤੁਹਾਡਾ ਬੇਟੇ ਕਿਹੜੀ ਜਗ੍ਹਾ ਦਾ ਜਨਮ ਹੈ? ਮੇਰਾ ਹੈਗਾ ਲੁਧਿਆਣੇ ਕੋਲ ਆ ਸਾਡਾ ਪਿੰਡ, ਕੋਟ ਗੰਗੂ ਰਾਏ।
1973 ਨਹੀਂ ਵੈਸੇ ਬੇਟੇ ਤੁਹਾਡਾ ਫਿਊਚਰ ਬਹੁਤ ਅੱਛਾ ਹੈ ਬੜੀ ਮਾਤਾ ਰਾਣੀ ਦੀ ਕਿਰਪਾ ਤੁਸੀਂ ਖੁਦ ਹੀ ਦੇਖੋ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਤੁਸੀਂ ਕਿੱਥੋਂ ਕਿੱਥੇ ਪਹੁੰਚੇ ਹੋ ਨਾ ਬੜੀ ਤੁਸੀਂ ਡਿਪਰੈਸ਼ਨ ਚ ਆ ਜਾਂਦੇ ਹੋ ਜਦੋਂ ਤੁਸੀਂ ਕਿਸੇ ਰਿਸ਼ਤੇਦਾਰਾਂ ਤੋਂ ਬਾਰ-ਬਾਰ ਨਹੀਂ ਬੇਟਾ ਦੇਖੋ ਬਿਮਾਰੀ ਜੀ ਆਈ ਜਾਵੇ ਉਹਦੇ ਕਰਕੇ ਮੈਨੂੰ ਡਰ ਲੱਗਦਾ ਸੀਗਾ ਕੋਈ ਜਦੋਂ ਵੀ ਕਸ਼ਟ ਵਿੱਚ ਬੰਦਾ ਆਉਂਦਾ ਨਾ ਉਦੋਂ ਥੋੜੀ ਤਕਲੀਫ ਲੱਗਦੀ ਹੈ ਪਰ ਤੁਸੀਂ ਨਾ ਇੱਕ ਮਾਂ ਬਗਲਾ ਮੁਖੀ ਜੀ ਦੀ ਮੰਤਰ ਹੈ ਮਾਂ ਬਗਲਾ ਮੁਖੀ ਜੀ ਦਾ ਵਿਧਾਨ ਹੈ ਤੁਸੀਂ ਉਹਨੂੰ ਕਰਨ ਦੀ ਕੋਸ਼ਿਸ਼ ਕਰੋ ਮਾਂ ਬਗਲਾ ਮੁਖੀ ਜੀ ਦੀ ਸ਼ਕਤੀ ਜਿਹੜੀ ਹੈ ਉਹ ਸਤੰਭਨਕਾਰੀ ਹੈ ਰੁਕਾਵਟਾਂ ਨੂੰ ਰੋਕਣ ਵਾਲੀ ਹੈ ਕਸ਼ਟਾਂ ਨੂੰ ਰੋਕਣ ਵਾਲੀ ਹੈ ਦੁਸ਼ਮਣਾਂ ਨੂੰ ਰੋਕਣ ਵਾਲੀ ਹੈ ਅਤੇ ਉਸਦੇ ਵਾਸਤੇ ਤੁਸੀਂ ਜੋ ਹੈ ਨਾ ਉਹਦਾ ਮੰਤਰ ਜਾਪ ਉਹਨਾਂ ਦਾ ਧਿਆਨ ਉਹਨਾਂ ਦੀ ਪੂਜਾ ਕਰੋ ਉਹਦੇ ਨਾਲ ਤੁਹਾਨੂੰ ਇਸ ਚੀਜ਼ 'ਚੋਂ ਬਿਲਕੁਲ ਤੁਸੀਂ ਨਿਕਲ ਜਾਓਗੇ ਥੈਂਕ ਯੂ ਬਾਬਾ ਜੀ ਜਿਉਂਦੇ ਰਹੋ ਜਿਉਂਦੇ ਰਹੋ ਜੀ ਜਿਉਂਦੇ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਵਾਮੀ ਜੀ ਨੂੰ ਤੇ ਸ਼ੈਰੀ ਜੀ ਤੁਹਾਨੂੰ ਨਮਸਕਾਰ ਨਮਸਤੇ ਨਮਸਕਾਰ ਹਾਂਜੀ ਸਵਾਮੀ ਜੀ ਮੈਂ ਆਪਣੇ ਬੇਟੇ ਲਈ ਕੁਐਸਚਨ ਕਰਨਾ ਸੀ ਉਹਦਾ ਡੇਟ ਆਫ ਬਰਥ ਵੀ ਚਾਹੀਦਾ ਹੈ ਜੀ 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 ਡੇਟ ਆਫ ਬਰਥ ਚਾਹੀਦਾ ਹੈ ਹਾਂਜੀ ਹਾਂਜੀ ਉਹਦਾ ਮਾਰਚ 9/1994 ਮਾਰਚ 9/1994 ਹਾਂਜੀ ਵੈਨਸਡੇ ਦਾ ਹੈ ਬੁੱਧਵਾਰ ਦਾ ਜੀ 2:58 PM ਉਹਨੂੰ ਜਿੱਦਾਂ ਸਿਲੈਕਟ ਕਰਨਾ ਜੋਬ ਵਾਸਤੇ ਤੇ ਅੱਜ ਕਾਫੀ ਡਿਪਰੈਸਡ ਸੀ ਕਹਿੰਦਾ ਵੀ ਮਾਮ ਪਤਾ ਨੀ ਕੀ ਹੋਣਾ ਆ ਫਿਰ ਮੈਂ ਸ਼ੈਰੀ ਜੀ ਦਾ ਸ਼ੋਅ ਦੇਖਿਆ ਸੀ ਫਿਰ ਮੈਨੂੰ ਪਤਾ ਲੱਗਾ ਕਿ ਅੱਜ ਸਵਾਮੀ ਜੀ ਆਪ ਜੀ ਆ ਰਹੇ ਆ ਤੇ ਫਿਰ ਮੈਂ ਕਿਹਾ ਚਲੋ ਮੈਂ ਕੁਐਸਚਨ ਕਰੂੰਗੀ ਉਹਨਾਂ ਨੂੰ ਕੋਈ ਨਹੀਂ ਇਹ ਤੁਹਾਡਾ ਜੀ ਬੱਚਾ ਹੈ ਮੀਨ ਦਾ ਸੂਰਜ ਹੈ ਬ੍ਰਹਸਪਤੀ ਵਾਲਾ ਬੱਚਾ ਉਹ ਬ੍ਰਹਸਪਤੀ ਵਾਲੇ ਬੱਚੇ ਬੜੇ ਇੰਟੈਲੀਜੈਂਟ ਹੁੰਦੇ ਨੇ ਪਰ ਤੁਸੀਂ ਇੱਕ ਨਾ ਦੇਖਿਆ ਹੋਏਗਾ ਜੀ ਤੁਹਾਡਾ ਬੱਚਾ ਹੁਣ ਤਾਂ ਚਲੋ 20 ਸਾਲ ਦਾ ਹੋ ਜਾਣਾ ਇਹਨੇ ਪਰ ਇਹ ਸ਼ੁਰੂ ਤੋਂ ਹੀ ਨਾ ਆਪਣੀ ਉਮਰ ਤੋਂ ਵੱਡਾ ਸੋਚਦਾ ਰਿਹਾ ਜੀ ਜਿਵੇਂ 8 ਸਾਲ ਦਾ ਸੀ ਅਤੇ 15 ਸਾਲ ਵਾਲੇ ਬੱਚੇ ਦੀ ਸਥਿਤੀ ਸੋਚਦਾ ਸੀ 15 ਦਾ ਹੋਇਆ 20 ਵਾਲੇ ਦੀ ਸੋਚਦਾ ਹੁਣ 20 ਦਾ ਹੋਇਆ ਅਤੇ ਹੁਣ ਬਿਲਕੁਲ 25-30 ਵਾਲੇ ਬੱਚੇ ਦੀ ਸਥਿਤੀ ਸੋਚਦਾ ਬਹੁਤ ਜਲਦੀ ਰਿਸਪੋਂਸੀਬਲ ਬਣਨਾ ਚਾਹੁੰਦਾ ਜ਼ਿੰਮੇਦਾਰ ਬਣਨਾ ਚਾਹੁੰਦਾ ਹਰ ਚੀਜ਼ ਦੀ ਗਹਿਰਾਈ ਦੇ ਵਿੱਚ ਜਾਣਾ ਚਾਹੁੰਦਾ ਅੱਛੀ ਗੱਲ ਹੈ ਪਰ ਅੱਛਾ ਸੋਚ ਕੇ ਬੇਟਾ ਡਿਪਰੈਸ ਨਹੀਂ ਹੋਣਾ ਇਸ ਬੱਚਾ ਵੀ ਸੁਣ ਰਿਹਾ ਹੋਏਗਾ ਪਰ ਗੁੱਡ ਨਿਊਜ਼ ਹੈ ਕਿ ਕੱਲ੍ਹ ਇਹਨੂੰ ਪੋਜ਼ਿਟਿਵ ਨਿਊਜ਼ ਮਿਲੇਗੀ ਕੱਲ੍ਹ ਜੋ ਵੀ ਇੰਟਰਵਿਊ ਦੇਗਾ ਉਹਦਾ ਪੋਜ਼ਿਟਿਵ ਰਿਜ਼ਲਟ ਮਿਲੇਗਾ ਗੁਰੂ ਜੀ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੈਂ ਆਪ ਜੀ ਨੂੰ ਫੋਨ ਕਰ ਰਹੀ ਹਾਂ ਮੈਨੂੰ ਇੱਥੋਂ ਕਦੀ ਵੀ ਮੇਰੀ ਝੋਲੀ ਜਿਹੜੀ ਆ ਖਾਲੀ ਨਹੀਂ ਜਾਊਗੀ ਪਰ ਮੈਂ ਭੈਣ ਕੁਛ ਕਰਨ ਵਾਲਾ ਨਹੀਂ ਮੈਨੂੰ ਤਾਂ ਜੋ ਦਿਖਾਈ ਦਿੰਦਾ ਜੋ ਤੁਹਾਡੇ ਗ੍ਰਹਿ ਕਰਦੇ ਨੇ ਮੈਂ ਤੁਹਾਨੂੰ ਦੱਸ ਦਿੱਤਾ ਅਗਰ ਗ੍ਰਹਿ ਨੈਗੇਟਿਵ ਹੁੰਦੇ ਤਾਂ ਮੈਂ ਤੁਹਾਨੂੰ ਨੈਗੇਟਿਵ ਵੀ ਕਹਿੰਦਾ ਬੇਟੇ ਪਰ ਮਾਤਾ ਰਾਣੀ ਕੱਲ੍ਹ ਤੁਹਾਨੂੰ ਗੁੱਡ ਨਿਊਜ਼ ਦੇਣਗੇ ਇਸ ਬੱਚੇ ਨੂੰ ਬੇਟੇ ਸਿਮਰਨ ਵਿੱਚ ਲਗਾਓ ਸਿਮਰਨ ਵਿੱਚ ਲਗਾਓ ਸੰਡੇ ਵਾਲੇ ਦਿਨ ਮੰਦਰ ਗੁਰਦੁਆਰੇ ਸੇਵਾ ਵਿੱਚ ਲਗਾਓ ਫਿਰ ਇਹਦਾ ਨਾ ਜੋ ਡਿਪਰੈਸ਼ਨ ਹੈ ਜਿਹੜਾ ਡਾਊਨ ਹੋ ਜਾਂਦਾ ਠੀਕ ਹੋ ਜਾਏਗਾ ਕਿਉਂਕਿ ਬ੍ਰਹਸਪਤੀ ਵਾਲਾ ਨਾ ਜਾਂ ਤਾਂ ਬਹੁਤ ਹਾਈਪਰ ਹੁੰਦਾ ਜੀ ਜਾਂ ਬਿਲਕੁਲ ਡਾਊਨ ਹੋ ਜਾਂਦਾ ਬਸ ਬਸ ਉਹੀ ਕਿਰਪਾ ਜੀ ਸ਼ਾਬਾਸ਼ ਬਸ ਏਦਾਂ ਹੀ ਰੱਖੋ ਏਦਾਂ ਹੀ ਰੱਖੋ ਜੀ ਏਦਾਂ ਹੀ ਰੱਖੋ ਬਹੁਤ ਤਰੱਕੀ ਕਰੇਗਾ ਬਹੁਤ ਤਰੱਕੀ ਕਰੇਗਾ ਇਹ ਤੁਹਾਡੇ ਸੰਸਕਾਰ ਨੇ ਜੀ ਬੱਚੇ ਗੁਰਦੁਆਰਾ ਸਾਹਿਬ ਜਾਂਦੇ ਨੇ ਮੰਦਰ ਜਾਂਦੇ ਨੇ ਸੇਵਾ ਕਰਦੇ ਨੇ ਔਰ ਪ੍ਰਮਾਤਮਾ ਸਾਰਿਆਂ ਨੂੰ ਇਹੋ ਜਿਹੇ ਸੰਸਕਾਰ ਦੇ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਹੈਲੋ ਜੀ ਸਰ ਹਾਂਜੀ ਕੰਮ ਕਾਰ ਦੇ ਵਿੱਚ ਮਨ ਨੀ ਲੱਗਦਾ ਹੈਗਾ ਥੋੜਾ ਜਿਆਦਾ ਸੌਂਦਾ ਜਿਆਦਾ ਪਤਾ ਨੀ ਕੀ ਚੱਕਰ ਹੈ ਪਰ ਨਵੰਬਰ 22 1985 ਇਹ ਸਰ
ਇਸ ਬੱਚੇ ਦਾ ਨਾ 29 ਸਾਲ ਦੀ ਉਮਰ ਤੱਕ ਇਸੇ ਤਰ੍ਹਾਂ ਦੀ ਸਥਿਤੀ ਰਹਿਣੀ ਹੈ। ਅੱਜ ਦੀ ਗੱਲ ਨਹੀਂ ਹੈਗੀ, ਪਿਛਲੇ 4 ਸਾਲ ਤੋਂ ਇਦਾਂ ਦੀ ਸਥਿਤੀ ਹੈ ਭਾਈ ਸਾਹਿਬ ਜੀ ਜੀ ਜੀ। ਔਰ ਇਹਨੇ ਨਵੰਬਰ 'ਚ 29 ਸਾਲ ਦਾ ਹੋ ਜਾਣਾ, ਨਵੰਬਰ ਤੱਕ ਥੋੜ੍ਹਾ ਸਹਿਨ ਕਰੋ, ਕਿਉਂਕਿ ਉਹ ਨੈਚੁਰਲੀ ਹੈ, ਠੀਕ ਹੋ ਰਿਹਾ, ਤਾਂ ਸਾਨੂੰ ਕੋਈ ਉਪਾਏ ਕੋਈ ਚੀਜ਼ ਨਹੀਂ ਕਰਨੀ ਚਾਹੀਦੀ। ਅਗਰ ਪਹਿਲਾਂ 2 ਸਾਲ ਤੁਸੀਂ ਕਹਿੰਦੇ ਤਾਂ ਮੈਂ ਤੁਹਾਨੂੰ ਕਹਿਣਾ ਸੀ ਜੀ ਆਹ ਸਟੋਨ ਪਾ ਲਓ, ਕੋਈ ਹੋਰ ਕਰੋ, ਸਿਰਫ ਇਹਨੂੰ ਸਿਮਰਨ ਕਰਾਓ। ਸਿਮਰਨ ਦੇ ਨਾਲ ਬੜੀ ਸ਼ਕਤੀ ਮਿਲਦੀ ਹੈ, ਇਹ ਮੇਰਾ ਆਪਣਾ ਅਨੁਭਵ ਹੈ। ਸਿਮਰਨ ਕਰਦਿਆਂ ਕਰਦਿਆਂ ਬੱਚਾ ਧਿਆਨ 'ਚ ਚਲੇ ਜਾਂਦਾ, ਨਵੰਬਰ ਤੋਂ ਬਾਅਦ ਇਹ ਬਿਲਕੁਲ ਚੇਂਜ ਹੋਏਗਾ ਜੀ। ਔਰ 1 ਸਾਲ ਬਾਅਦ ਤੁਸੀਂ ਮੈਨੂੰ ਕਹੋਗੇ ਕਿ ਨਹੀਂ ਸਵਾਮੀ ਜੀ ਇਹ ਬੱਚਾ ਪੂਰਾ ਪੂਰਾ ਹੀ ਚੇਂਜ ਹੋ ਗਿਆ, ਕਿਉਂਕਿ ਇਹਦੇ ਜਦੋਂ ਹੀ ਇਹਦਾ 30ਵਾਂ ਸਾਲ ਸ਼ੁਰੂ ਹੁੰਦਾ ਸਰ, ਉਦੋਂ ਹੀ ਇਹਦਾ ਰਾਜ ਯੋਗ ਸ਼ੁਰੂ ਹੋ ਜਾਂਦਾ, ਉਸ ਤੋਂ ਬਾਅਦ ਹੀ ਸੈਟਲ ਹੁੰਦਾ ਔਰ 35 ਤੱਕ ਵੈਲ ਸੈਟਲ ਹੋ ਜਾਂਦਾ, ਬਹੁਤ ਤਰੱਕੀ ਕਰਦਾ ਜੀਵਨ 'ਚ। ਔਰ ਮਾਤਾ ਰਾਣੀ ਕਿਰਪਾ ਕਰਨ, ਤੁਹਾਡਾ ਬੱਚਾ ਬਹੁਤ ਤਰੱਕੀ ਕਰੇ, ਤੁਸੀਂ ਖੁਸ਼ ਹੋ, ਆਨੰਦ ਮਾਣੋ, ਤੁਹਾਨੂੰ ਪ੍ਰਾਊਡ ਹੋਏ ਕਿ ਮੇਰਾ ਬੱਚਾ ਸੈਟਲ ਹੋ ਗਿਆ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ, ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਹੈਲੋ ਸ਼ੈਰੀ, ਨਮਸਕਾਰ। ਹਾਂਜੀ ਸੁਦੇਸ਼ ਜੀ, ਜੈ ਗੁਰੂਦੇਵ, ਪ੍ਰਣਾਮ। ਹਰੀ ਓਮ ਸੁਦੇਸ਼ ਜੀ, ਜੈ ਮਾਤਾ ਦੀ। ਸੁਦੇਸ਼ ਜੀ ਜੈ ਮਾਤਾ ਦੀ। ਤੁਹਾਨੂੰ ਮੈਂ ਯਾਦ ਕਰ ਰਿਹਾ ਸੀ 10 ਮਿੰਟ ਪਹਿਲਾਂ। ਸੁਦੇਸ਼ ਜੀ ਠੀਕ ਹੋ? ਸੁਦੇਸ਼ ਜੀ ਠੀਕ ਹੋ? ਸਿਹਤ ਠੀਕ ਹੈ? ਸਭ ਠੀਕ ਹੈ? ਥੋੜੇ ਢਿੱਲੇ ਚੱਲ ਰਹੇ ਹੋ। ਬਸ ਗੁਰਦੇਵ ਆਪਕੀ ਕਿਰਪਾ ਹੈ, ਆਪਕਾ ਆਸ਼ੀਰਵਾਦ ਹੈ। ਨਹੀਂ ਨਹੀਂ, ਮਾਤਾ ਰਾਣੀ ਕਿਰਪਾ ਕਰਨ ਜੀ, ਕਿਰਪਾ ਕਰਨ, ਬਹੁਤ ਅੱਗੇ ਵਧੋ, ਤਰੱਕੀ ਕਰੋ। ਹੁਣੇ ਬੇਟੇ ਦੀ ਸ਼ਾਦੀ ਕੀਤੀ ਹੈ, ਤੁਹਾਨੂੰ ਤਾਂ ਹੋਰ ਤਕੜਿਆ ਹੋਣਾ ਚਾਹੀਦਾ, ਤੁਸੀਂ ਢਿੱਲੇ ਪੈ ਰਹੇ ਹੋ, ਤਕੜੇ ਹੋ, ਮਾਂ ਦੇ ਚਰਨਾਂ 'ਚ ਲੱਗੋ, ਨਰਾਤੇ ਆ ਰਹੇ ਨੇ। ਮੇਰੇ ਗੁਰੂਦੇਵ ਹੈ, ਮੈਂ ਕਿਉਂ ਢਿੱਲੀ ਪਵਾਂਗੀ? ਥੈਂਕ ਯੂ, ਥੈਂਕ ਯੂ। ਚਲੋ ਮਹਾਰਾਣੀ ਕਿਰਪਾ ਕਰਨ, ਤੁਹਾਡੀਆਂ ਮੈਨੂੰ ਬਲੈਸਿੰਗ ਮਿਲਦੀਆਂ ਰਹਿਣਾ, ਮਹਾਰਾਣੀ ਬਹੁਤ ਕਿਰਪਾ ਕਰਨ। ਤੁਹਾਡਾ ਜੋ ਹੈ ਪਿਆਰ ਹੈ ਦੋਸਤੋ, ਮੇਰਾ ਭੈਣਾਂ ਦਾ, ਭਰਾਵਾਂ ਦਾ, ਦੋਸਤਾਂ ਦਾ, ਬੇਟਿਆਂ ਦਾ, ਬੇਟੀਆਂ ਦਾ, ਉਹ ਹੀ ਮੇਰੀ ਸ਼ਕਤੀ ਹੈ। ਥੈਂਕ ਯੂ ਸੁਦੇਸ਼ ਜੀ, ਥੈਂਕ ਯੂ, ਜਿਉਂਦੇ ਰਹੋ, ਜਿਉਂਦੇ ਰਹੋ, ਜਿਉਂਦੇ ਰਹੋ। ਥੈਂਕ ਯੂ ਸੁਦੇਸ਼ ਜੀ, ਥੈਂਕ ਯੂ ਸ਼ੈਰੀ, ਥੈਂਕ ਯੂ, ਗੈਟ ਵੈਲ ਸੂਨ, ਜਲਦੀ ਸੇ ਠੀਕ ਹੋ ਜਾਓ। ਸਵਾਮੀ ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸਾਡੇ ਕੋਲ 1.25 ਮਿੰਟ ਹੈਗਾ। ਜਾਂਦੇ ਜਾਂਦੇ ਦਰਸ਼ਕਾਂ ਨੂੰ ਕੋਈ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ, ਕੁਝ ਗਾਈਡ ਕਰਨਾ ਚਾਹੁੰਦੇ ਹੋ? ਸ਼ੈਰੀ ਮੇਰਾ ਮੈਸੇਜ ਸਦਾ ਇੱਕੋ ਹੀ ਮੈਸੇਜ ਹੈ ਕਿ ਉਸ ਪਰਮਾਤਮਾ ਨੇ, ਉਸ ਵਾਹਿਗੁਰੂ ਨੇ, ਉਸ ਮਾਤਾ ਰਾਣੀ ਨੇ ਸਾਨੂੰ ਇਸ ਧਰਤੀ 'ਤੇ ਭੇਜਿਆ ਜੀਵਨ ਦਾ ਆਨੰਦ ਲੈਣ ਵਾਸਤੇ, ਜੀਵਨ ਦੇ ਸੁੱਖ ਲੈਣ ਵਾਸਤੇ। ਦੋਸਤੋ ਸੁੱਖ ਸਾਡਾ ਜਨਮ ਸਿੱਧ ਅਧਿਕਾਰ ਹੈ। ਜਦੋਂ ਅਸੀਂ ਕਸ਼ਟ ਵਿੱਚ ਹੁੰਦੇ ਹਾਂ ਤਾਂ ਉਸ ਪਰਮਾਤਮਾ ਨੂੰ, ਉਸ ਮਾਤਾ ਰਾਣੀ ਨੂੰ ਅੱਛਾ ਨਹੀਂ ਲੱਗਦਾ। ਜਿੱਦਾਂ ਅੱਜ ਕਿਸੇ ਨੇ ਕੁਐਸਚਨ ਕੀਤਾ, ਉਹਨਾਂ ਦਾ ਬੇਟਾ ਸੈਟਲ ਨਹੀਂ ਹੋ ਰਿਹਾ ਕਸ਼ਟ ਵਿੱਚ ਨੇ, ਉਹਨਾਂ ਦਾ ਬੇਟਾ ਪੜ੍ਹ ਨਹੀਂ ਰਿਹਾ ਕਸ਼ਟ ਵਿੱਚ ਨੇ, ਇੱਦਾਂ ਹੀ ਸਾਡਾ ਜਿਹੜਾ ਜਗਤ ਪਿਤਾ ਪਰਮਾਤਮਾ ਈਸ਼ਵਰ ਹੈ, ਮਾਤਾ ਰਾਣੀ ਹੈ, ਜਦੋਂ ਅਸੀਂ ਕਸ਼ਟ ਵਿੱਚ ਹੁੰਦੇ ਹਾਂ ਤਾਂ ਉਹ ਵੀ ਨਾਰਾਜ਼ ਹੁੰਦਾ। ਪੋਜ਼ੀਟਿਵ ਸੋਚੋ, ਕਿਸੇ ਨਾਲ ਘਿਰਣਾ ਨਾ ਕਰੋ, ਅੱਛੇ ਕਰਮ ਕਰੋ, ਉਹ ਜਿਸ ਧਰਮ ਵਿੱਚ ਵੀ ਹੋ ਉਹਦੀ ਪੂਰੀ ਪਾਲਣਾ ਕਰੋ, ਗੱਲੀ ਬਾਤੀ ਨਹੀਂ, ਪ੍ਰੈਕਟੀਕਲ ਰੂਪ ਵਿੱਚ। ਬਸ ਇਸ ਪਰਮਾਤਮਾ ਇਸੇ ਅਰਦਾਸ ਨਾਲ, ਇਸੇ ਪ੍ਰਾਰਥਨਾ ਨਾਲ ਤੁਹਾਡੇ ਕੋਲੋਂ, ਸ਼ੈਰੀ ਜੀ ਕੋਲੋਂ ਇਜਾਜ਼ਤ ਲੈਂਦਾ। ਸੁਖੀ ਰਹੋ, ਚੜ੍ਹਦੀ ਕਲਾ 'ਚ ਰਹੋ, ਮਾਤਾ ਰਾਣੀ ਬਹੁਤ ਕਿਰਪਾ ਕਰਨ ਜੀ। ਦਰਸ਼ਕਾਂ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸੋ ਤੁਸੀਂ ਆਪਣੀ ਜੋ ਵੀ ਗੱਲਬਾਤ ਪੁੱਛਣੀ ਹੈਗੀ ਹੈ, ਸਕਰੀਨ 'ਤੇ ਥੱਲੇ ਨੰਬਰ ਆ ਰਿਹਾ, ਉਸ ਨੰਬਰ 'ਤੇ ਤੁਸੀਂ ਕੱਲ੍ਹ ਨਿਊਯਾਰਕ 'ਤੇ 9 ਵਜੇ ਤੋਂ ਬਾਅਦ ਸਵਾਮੀ ਜੀ ਦੇ ਸੈਂਟਰ ਫੋਨ ਕਰ ਸਕਦੇ ਹੋ। ਫੋਨ ਨੰਬਰ ਮੈਂ ਦੱਸ ਦਿੰਦੀ ਹਾਂ, 718-898-8842, 516-933-7590। ਸੋ ਇਹਨਾਂ ਫੋਨ ਨੰਬਰਸ 'ਤੇ ਔਰ ਸਵਾਮੀ ਜੀ ਦੇ ਨਾਲ ਤੁਸੀਂ ਜਿਸ ਤਰ੍ਹਾਂ ਵੀ ਹੈਗਾ ਤੁਸੀਂ ਗੱਲਬਾਤ ਕਰ ਸਕਦੇ ਹੋ, ਪੁੱਛ ਸਕਦੇ ਹੋ ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ। ਈਮੇਲ ਐਡਰੈਸ ਵੀ ਸਕਰੀਨ 'ਤੇ ਵਿਖਾਇਆ ਜਾ ਰਿਹਾ ਹੈਗਾ, info@chamundaswamiji.com। ਸੋ ਉਸ 'ਤੇ ਤੁਸੀਂ ਆਪਣੀ ਕੋਈ ਵੀ ਗੱਲ ਹੈਗੀ ਆ ਉਹ ਸਾਂਝੀ ਕਰ ਸਕਦੇ ਹੋ। ਸੋ ਇਸ ਦੇ ਨਾਲ ਹੀ ਪਿਆਰੇ ਦਰਸ਼ਕੋ, ਤੁਹਾਡੇ ਸਮੇਂ ਦੇ ਲਈ ਔਰ ਸਵਾਮੀ ਜੀ ਦੇ ਇਸ ਕੀਮਤੀ ਸਮੇਂ ਦੇ ਲਈ ਬਹੁਤ ਬਹੁਤ ਸਵਾਮੀ ਜੀ ਨੂੰ ਵੀ ਸ਼ੁਕਰੀਆ ਔਰ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਬਹੁਤ ਸ਼ੁਕਰੀਆ। ਜੈ ਮਾਤਾ ਦੀ। ਓ